एक ही हो रहा। आ गई तरीका से मेरा समान छुट्टन दा। ले फिर तू अपना परा रख ले, मैं तो हूं देख रहा है केड़ी केड़ी कंपनी दा माल है तेरे को। केड़ी केड़ी कंपनी दा समान है तेरे को? गुड मॉर्निंग। मेरे पैसे दे नाल केड़ी केड़ी कंपनियां यूज कीतीया जा रही ने? मेरे पैसे दा नाल? नहीं अपने पैसे दे नाल। ना ना अज तेरा मेरा हो गया। नहीं नहीं तू तो यार लड़न दे बहाने लंबनी है। ਉਹੀ ਮੇਰਾ ਮਾਰ ਚਾਕਾ ਕੋਈ ਤੈਨੂੰ ਚੰਗਾ ਨਹੀਂ ਲੱਗਦਾ। ਪਹਿਲਾਂ ਸਵਾਗਤ ਕਰ ਲਈਏ ਸਾਰਿਆਂ ਦਾ, ਬਾਅਦ 'ਚ ਲੜ ਲਿਓ। ਮੈਂ ਕਦੋਂ ਲੜ ਰਿਹਾ? ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਗੁੱਡ ਈਵਨਿੰਗ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਚੰਨਾ ਮਹਿਰਾ ਬਲੌਗਸ 'ਤੇ। ਅਤੇ ਆਈ ਹੋਪ ਸਾਰੇ ਠੀਕ ਹੋਣਗੇ। ਬਾਬਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਸਾਰਿਆਂ ਦੇ ਮੰਮੀ ਪਾਪਾ ਨੂੰ ਹਮੇਸ਼ਾ ਖੁਸ਼ ਰੱਖੇ ਅਤੇ ਲੰਬੀਆਂ ਲੰਬੀਆਂ ਉਮਰਾਂ ਹੋਣ। ਅਤੇ ਆਪਾਂ ਕਰਦੇ ਹਾਂ ਗੱਲਬਾਤ। ਆਪਾਂ ਇਹਨਾਂ 'ਤੇ ਸੀ ਨਾ, ਹਾਂ ਸੱਚ, ਤੁਸੀਂ ਮੇਰਾ ਸਮਾਨ ਸਿੱਟੇ ਸਿੱਟ ਮਾਰ ਰਹੇ ਹੋ, ਹੈ ਉੱਤੋਂ ਕਹਿੰਦੇ ਹੋ ਕਿ ਮੇਰੇ ਪੈਸਿਆਂ ਦਾ। ਹੁਣ ਇਹਨਾਂ ਦੇ ਪੈਸੇ ਹੋ ਗਏ। ਮੈਂ ਉਹ ਕਿਹਾ, ਮੈਂ ਕਿਹਾ ਆਪਣੇ ਪੈਸੇ, ਮੈਂ ਥੋੜੀ ਕਿਹਾ ਵੀ ਮੇਰੇ ਪੈਸੇ ਤੇ ਫਿਰ ਉਹ ਕਹਿਤਾ। ਮੈਂ ਤਾਂ ਦਿਲ ਤੋੜਦਾ ਮੇਰਾ ਅੱਜ ਇੰਨੀ ਗੱਲ ਕਹਿ ਕੇ, ਮੈਨੂੰ ਪਰਾਈ ਕਰਤਾ ਤੁਸੀਂ। ਹਾਂ ਲੈ ਤੂੰ ਤਾਂ ਯਾਰ ਉਹੀ ਜਾਏਗਾ ਲੜਨ ਨੂੰ ਫਿਰਦੀ ਹੈ, ਮੇਰੇ ਉਹੀ ਬਾਤ ਕੁਛ ਚੱਕ ਕੇ ਲੜਨ ਨੂੰ ਨਹੀਂ ਫਿਰਦੇ। देख गया मनू, आज कई बार देख गई मनू। 365 ਚਲਿੱਤਰ ਕਰਦੇ ਉਹ ਕਿਸ ਖੂਨ ਖਾਤੇ ਪਾਈਏ? ਸਾਡੇ ਵੀ ਕਹਿ ਦੋ ਫਿਰ ਤੁਸੀਂ, ਸਾਡੇ 500 ਕਹਿ ਦੋ, ਹੋਰ ਕਿਆ ਹੋਊਗਾ। 500 ਸਾਲ ਚਲਿੱਤਰ ਬੰਦੇ ਨੇ ਸਾਰਾ ਚਾਰ ਗੱਲ ਨਹੀਂ ਬਣਦੀ, ਰਹਿਣ ਦਿਓ ਤੁਸੀਂ, ਸਾਡੇ ਤੇ ਨਹੀਂ ਬਣਾ ਸਕਦੀਆਂ ਗੱਲਾਂ। ਮੈਂ ਬਣਾਵਾਂ? ਬਣਾ। ਮੈਂ ਬਣਾਉਂਦੀ ਹਾਂ 100,000 ਚਲਿੱਤਰ ਬੰਦੇ ਦੇ, ਕੋਈ ਕੰਮ ਦੇ ਨਹੀਂ, ਘਰ ਦੇ ਨਹੀਂ, ਨਾ ਕਰਦੇ ਕੋਈ ਧੰਦੇ ਨੇ। ਨੀਟੂ ਸ਼ਟਰ ਵਾਲੇ ਦੀ ਆਤਮਾ ਆ ਗਈ ਮੇਰੇ ਵੀਰੋ, ਕਮਾਲ ਦੀ ਗੱਲ ਹੈ, ਗੁੱਡੀ 'ਚ ਨੀਟੂ ਸ਼ਟਰ ਵਾਲੇ ਦੀ ਆਤਮਾ ਆ ਗਈ। ਲਓ ਜੀ ਗਾਣੇ ਬਣਾ ਰਹੇ ਨੇ। ਆਪਾਂ ਤਾਂ ਰਾਈਮਿੰਗ ਹੀ ਕਰਨੀ ਸੀ, ਕਰਤੀ ਬਈ। ਆਪ ਦੁਆਵਾਂ ਦਿੰਦਾ ਵੀ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ। ਚਲੋ ਜਿਹਦੀ ਹੈ ਨਾ, ਜੇ ਆਪਾਂ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਹੀਂ ਬੋਲਣਾ ਚਾਹੀਦਾ। ਲਿਪਸਟਿਕ ਦੇ ਵੀ ਲਾ ਲੋ, ਕਿਉਂ ਲਾਉਣ? ਅਤੇ ਸਾਰਿਆਂ ਨੇ ਕਮੈਂਟ ਕਰਕੇ ਮੈਨੂੰ ਪੁੱਛਿਆ ਸੀ ਮੇਰੇ ਲਾਸਟ ਵਲੌਗ 'ਚ ਕਿ ਦੀਦੀ ਤੁਸੀਂ ਹੁਣ ਠੀਕ ਹੋ, ਬੱਚਾ ਉਹ ਵਾਲਾ ਕਿਵੇਂ ਹੈ ਜਿਹੜਾ ਗਿਰਿਆ ਸੀ? ਰੁਕ ਜਾਓ, ਮੈਂ ਹੀ ਕਰ ਦਿੰਦੀ ਤੁਹਾਡਾ ਮੇਕਅਪ। ਮੈਂ ਤਾਂ ਉਹ ਕਰ ਰਿਹਾ। ਰੁਕੋ ਰੁਕੋ, ਬਹੁਤ ਸੀਰੀਅਸ ਟੋਪਿਕ 'ਤੇ ਗੱਲ ਹੋ ਰਹੀ ਆ। ਅਤੇ ਹਾਂਜੀ, ਉਹ ਬੱਚਾ ਬਿਲਕੁਲ ਠੀਕ ਆ ਅਤੇ ਮੈਂ ਵੀ ਬਿਲਕੁਲ ਹੁਣ ਠੀਕ ਹਾਂ। ਲੈਗ 'ਚ ਥੋੜ੍ਹਾ ਬਹੁਤ ਜਿਹੜੀ ਤਕਲੀਫ ਸੀ ਉਹ ਹੁਣ ਕਾਫੀ ਫਰਕ ਪੈ ਚੁੱਕਾ ਅਤੇ ਫਿਰ ਰਹੀ ਹਾਂ। ਥੈਂਕ ਗੋਡ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ, ਹੈ ਨਾ। ਤੁਹਾਡੀ ਸਾਰਿਆਂ ਦੀਆਂ ਦੁਆਵਾਂ ਹੈ, ਬਾਕੀ ਚਲੋ ਪਰਮਾਤਮਾ ਕਦੇ ਕਿਸੇ ਨਾਲ ਹੈ ਨਾ ਇੱਦਾਂ ਨਾ ਕਰੇ, ਕਿਉਂਕਿ ਇੱਕ ਵਾਰੀ ਜਾਨ ਮਿਲਦੀ ਹੈ ਪਰਮਾਤਮਾ, ਹੈ ਨਾ। ਬਾਕੀ ਇਹ ਆ ਵੀ ਜਿਵੇਂ ਦੇ ਆਪਾਂ ਕਰਮ ਕਰਦੇ ਹਾਂ ਉਵੇਂ ਦਾ ਆਪਾਂ ਨੂੰ, ਮੰਨ ਲਓ ਹੈ ਨਾ, ਪਰਮਾਤਮਾ ਵੱਲ ਬੁੱਧੀ ਬਖਸ਼ਦਾ ਹੈ। ਪਰ ਪਲੀਜ਼ ਤੁਸੀਂ ਸਾਰੇ ਵੀ ਆਪਣੇ ਬੱਚੇ ਦੀ ਕੇਅਰ ਕਰਿਆ ਕਰੋ, ਕਿਉਂਕਿ ਜਿਹੜੀ ਇਹ ਦਾਤ ਦਾਤੇ ਤੋਂ ਆਪਾਂ ਨੂੰ ਮਿਲਦੀ ਹੈ ਨਾ, ਬੜੇ ਕਿ ਦੁਆਵਾਂ ਬੜੀਆਂ ਸੁੱਖਾ ਸੁੱਖ ਸੁੱਖ ਮਿਲਦੀ ਹੈ, ਚਾਹੇ ਧੀ ਹੋਵੇ ਪੋਤੋ ਹੋਵੇ, ਹੈ ਨਾ। ਕਈ ਵਿਚਾਰੇ ਜਿਨ੍ਹਾਂ ਦੀ ਹਲੇ ਤੀ ਕੋਈ ਔਲਾਦ ਨਹੀਂ, ਵਿਆਹ ਨੂੰ 20-20 ਸਾਲ ਵੀ ਹੋ ਚੁੱਕੇ ਆ, ਸਾਨੂੰ ਕੋਈ ਕਮੈਂਟ ਕਰਦੇ ਆ ਕਹਿੰਦੇ ਸਾਡੇ ਇੰਨੇ ਮੈਰਿਜ ਨੂੰ ਸਾਲ ਹੋ ਗਏ ਬੇਬੀ ਕੋਈ ਨਹੀਂ ਆ, ਅਤੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀ ਔਲਾਦ ਨਹੀਂ ਹੋ ਰਹੀ। ਉਹਨਾਂ ਲਈ ਦੁਆ ਕਰਿਓ ਵਿਚਾਰੀਆਂ ਲਈ, ਮੇਰੀਆਂ ਭੈਣਾਂ ਲਈ, ਹੈ ਨਾ, ਉਹਨਾਂ ਦੀ ਕੁੱਖ ਸੁਲੱਖਣੀ ਹੋਵੇ। ਸੋ ਮੇਰੀਆਂ ਭੈਣਾਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਕਦੇ ਵੀ ਕਿਸੇ ਨੂੰ ਹੈ ਨਾ
ਐਵੇਂ ਦਾ ਨਾ ਬਣਾਵੇ ਪਰਮਾਤਮਾ ਕਿ ਬਿਨਾਂ ਬੱਚੇ ਤੋਂ ਹੈ ਨਾ ਰਵੇ ਮੇਰੀਆਂ ਭੈਣਾਂ, ਕਿਉਂਕਿ ਬਹੁਤ ਦੁੱਖ ਲੱਗਦਾ ਹੈ ਨਾ ਉਸ ਟਾਈਮ। ਮੈਂ ਸਮਝ ਸਕਦਾ ਚਲੋ ਪਰਮਾਤਮਾ ਕਿਸੇ ਨਾਲ ਵੀ ਕਦੇ ਵੀ ਇੱਦਾਂ ਨਾ ਕਰੇ, ਅਤੇ ਬਾਕੀ ਜਿਨ੍ਹਾਂ ਨੂੰ ਪਰਮਾਤਮਾ ਨੇ ਦਿੱਤੇ ਆ ਬੇਬੀ ਹੈ ਨਾ, ਜਿਨ੍ਹਾਂ ਦੀ ਗੋਦ ਰੱਬ ਨੇ ਮੰਨ ਲਓ ਵੀ ਸੁਲੱਖਣੀ ਕੀਤੀ ਆ, ਉਹ ਭੈਣਾਂ ਨੇ ਇੱਕੋ ਰਿਕੁਐਸਟ ਹੈ ਵੀ ਆਪਣੇ ਬੱਚਿਆਂ ਨੂੰ ਹੈ ਨਾ ਸਾਂਭਿਆ ਕਰੋ, ਮਤਲਬ ਕਿ ਰੋਡਾਂ 'ਤੇ ਨਾ ਛੱਡਿਆ ਕਰੋ। ਮੈਂ ਇੱਥੇ ਵੀ ਗਲੀ 'ਚ ਮੈਂ ਦੋ ਤਿੰਨ ਦੇਖੇ ਆ ਬੱਚੇ, ਉਹ ਐਵੇਂ ਇੱਕ ਵਾਰ ਤਾਂ ਮੇਰੀ ਸਕੂਟਰੀ ਅੱਗੇ ਆ ਗਿਆ ਸੀ, ਮੈਂ ਭਾਜੀ ਵਾਲੀ ਸਕੂਟਰੀ ਲੈ ਕੇ ਆਇਆ ਸੀ, ਉਦੋਂ ਵੀ ਮੈਂ ਇਹੀ ਸੋਚਿਆ, ਮੈਂ ਕਿਹਾ ਯਾਰ ਕਿਵੇਂ ਹੈ ਨਾ ਬੱਚਿਆਂ ਨੂੰ ਸਾਂਭਦੇ ਨਹੀਂ ਆ ਲੋਕ, ਇਹ ਗੱਲਾਂ ਚੰਗੀਆਂ ਨਹੀਂ ਹੈ ਨਾ। ਸੋ ਪਰਮਾਤਮਾ ਤੁਹਾਨੂੰ ਜੇ ਦਾਤ ਬਖਸ਼ਦਾ ਹੈ ਤਾਂ ਤੁਸੀਂ ਪਲੀਜ਼ ਕੇਅਰ ਕਰਿਆ ਕਰੋ ਆਪਣੇ ਬੱਚਿਆਂ ਦੀ, ਕਿਉਂਕਿ ਬਹੁਤ ਸਾਰੇ ਲੋਕ ਹੈ, ਬਹੁਤ ਸਾਰੀਆਂ ਮੇਰੀਆਂ ਭੈਣਾਂ ਮਤਲਬ ਕਿ ਜਿਹੜੀਆਂ ਦੁਆਵਾਂ ਮੰਗਦੀਆਂ ਹੈ ਨਾ, ਏਡੇ ਏਡੇ ਤੀਰਥ ਸਥਾਨ ਕਰਦੀਆਂ ਨੇ ਸਿਰਫ ਬੱਚਿਆਂ ਲਈ, ਪਰ ਜਿਨ੍ਹਾਂ ਨੂੰ ਪਰਮਾਤਮਾ ਦੇ ਦਿੰਦਾ ਹੈ ਉਹ ਕਦਰ ਨਹੀਂ ਕਰਦੇ। ਸੋ ਕੇਅਰ ਕਰਿਆ ਕਰੋ ਹੈ ਨਾ, ਬਾਕੀ ਚਲੋ ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ। ਤੁਸੀਂ ਹੁਣ ਵੀ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਨਾ ਕਿ ਪਰਮਾਤਮਾ ਉਸ ਬੱਚੇ ਨੂੰ ਮਖੀ ਇੱਦਾਂ ਹੀ ਬਚਾਈ ਰੱਖੇ, ਅਤੇ ਤੁਸੀਂ ਵੀ ਇੱਦਾਂ ਹੀ ਹਮੇਸ਼ਾ ਸਹੀ ਸਲਾਮਤ ਰਹੋ। ਥੈਂਕ ਯੂ ਸੋ ਮਚ ਸਾਰਿਆਂ ਦਾ, ਸੱਚੀ ਬਹੁਤ ਵਿਸ਼ਿਸ਼ ਦਿੰਦੇ ਹਾਂ ਤੁਸੀਂ ਸਾਡੇ ਲਈ, ਬਲੈਸਿੰਗ ਕਰਦੇ ਹਾਂ, ਅਤੇ ਤੁਹਾਡੀ ਬਲੈਸਿੰਗ ਦੀ ਵਜ੍ਹਾ ਨਾਲ ਵੀ ਅੱਜ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ, ਨਹੀਂ ਤਾਂ ਮੇਰੀ ਕੀ ਔਕਾਤ ਸੀ ਹੈ ਨਾ ਉਸ ਦਿਨ, ਕਿ ਜਿਵੇਂ ਲੈਗ 'ਤੇ ਗਿਰਿਆ ਹੈ, ਲੈਗ 'ਤੇ ਪੇਟ 'ਚ ਜ਼ਿਆਦਾ ਫਾਂਸਲਾ ਵੀ ਨਹੀਂ ਸੀ, ਪੇਟ 'ਤੇ ਵੀ ਗਿਰ ਸਕਦਾ ਸੀ ਬੱਚਾ। ਇਹ ਕਹਿੰਦੇ ਵੀ ਚੰਗੇ ਕਰਮਾਂ ਦਾ ਫਲ ਹੁੰਦਾ, ਜੇ ਆਪਾਂ ਵਧੀਆ ਮੰਨ ਲਓ ਕਿਸੇ ਦਾ ਮਾੜਾ ਨਹੀਂ ਕਰਦੇ ਹੈ ਨਾ, ਅਤੇ ਤੁਹਾਡੀਆਂ ਦੁਆਵਾਂ ਤਾਂ ਚਲੋ ਹੈਗੀਆਂ ਹੀ ਆ, ਫਿਰ ਵੀ ਅਸੀਂ ਇਹ ਵੀ ਨੀਤ ਇੱਕ ਰੁੱਖ ਕਿ ਜੇ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ, ਰੱਬ ਸਾਨੂੰ ਮਾੜੀ ਨਹੀਂ ਹੋਣ ਦਿੰਦਾ। ਇਸ ਲਈ ਚੰਗੇ ਕਰਮ ਕਰਿਆ ਕਰੋ, ਹੱਸਦੇ ਰਿਹਾ ਕਰੋ, ਵੱਸਦੇ ਰਿਹਾ ਕਰੋ, ਕਿਉਂਕਿ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ, ਇਹਨੂੰ ਆਪਣੇ ਤਰੀਕੇ ਨਾਲ ਜੀਓ, ਕਿਸੇ ਦੇ ਤਰੀਕੇ ਨਾਲ ਜੀਣ ਦੀ ਲੋੜ ਨਹੀਂ ਆ, ਤੁਹਾਡੀ ਆਪਣੀ ਲਾਈਫ ਹੈ, ਇੰਜੋਏ ਕਰੋ ਯਾਰ ਜਿੰਨਾ ਕਰ ਹੁੰਦਾ, ਪਰ ਖੁਸ਼ ਰਿਹਾ ਕਰੋ, ਕਿਉਂਕਿ ਟੈਨਸ਼ਨਾਂ ਸਭ ਨੂੰ ਹੁੰਦੀਆਂ ਨੇ, ਮੈਨੂੰ ਵੀ ਨੇ, ਇਹ ਨਹੀਂ ਆ ਵੀ ਹੈ ਨਾ ਹੱਸਦੇ ਚਿਹਰਿਆਂ ਦੇ ਪਿੱਛੇ ਦੁੱਖ ਬਹੁਤ ਲੁਕੋਏ ਹੁੰਦੇ ਆ, ਇਹ ਚਲੋ ਇੱਕ ਸਾਡਾ ਮੰਨ ਲਓ ਵੀ ਵਰਕ ਲਾ ਲਓ, ਤੁਹਾਡੇ ਸਾਰਿਆਂ ਨੂੰ ਇੱਕ ਖੁਸ਼ ਕਰਨ ਦਾ ਸਾਡਾ ਇੱਕ ਮਕਸਦ ਹੈ ਜਿਹੜਾ ਉਹ ਰੋਜ਼ ਪੂਰਾ ਹੋ ਜਾਂਦਾ, ਡਿਊਟੀ ਲਾਈ ਹੋਈ ਹੈ ਤੁਹਾਨੂੰ ਖੁਸ਼ ਰੱਖਾ। ਹਾਂ, ਸਭ ਨੂੰ ਇੱਕ ਵਰਕ ਹੁੰਦਾ ਬੰਦੇ ਦਾ, ਸੋ ਮੈਨੂੰ ਵੀ ਪਰਮਾਤਮਾ ਨੇ ਡਿਊਟੀ ਲਾਈ ਹੋਈ ਆ, ਸੋ ਮੈਂ ਨਿਭਾਉਂਦਾ ਰਹੂੰਗਾ ਜਦ ਤੱਕ ਸਾਹ 'ਚ ਸਾਹ ਹੈ, ਤੁਹਾਡੀ ਸਾਰਿਆਂ ਦੀ ਸਪੋਰਟ ਹੈ, ਬਾਕੀ ਹੱਸਦੇ ਰਹੋ ਵੱਸਦੇ ਰਹੋ। ਮੌਸਮ ਬੜਾ ਸੋਹਣਾ ਹੋਇਆ ਪਿਆ, ਬਾਹਰ ਬਾਰਿਸ਼ ਹੋ ਰਹੀ ਆ, ਲਓ ਤੁਹਾਨੂੰ ਮੈਂ ਦਿਖਾਉਂਦਾ, ਬਾਰਿਸ਼ ਹੋ ਰਹੀ ਆ ਬਾਹਰ, ਲਓ ਜੀ ਮੇਰੇ ਵੀਰੋ ਬਾਹਰ ਬਹੁਤ ਬਾਰਿਸ਼ ਹੋ ਰਹੀ ਆ, ਚੜ੍ਹਦੀ ਜਵਾਨੀ ਦਾ ਨਹੀਂ ਮਾਣ ਕਰੀਦਾ, ਸੱਪਾਂ ਦੀਆਂ ਸਿਰੀਆਂ ਨਹੀਂ ਪੈਰ ਧਰੀਦਾ, ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ, ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭੁਲੇਖਾ, ਮੋੜ ਦਿੱਤੇ ਅਸੀਂ ਅਸੀਂ ਬੜੇ ਤੋਂ ਬੜੇ। ਸੋ ਗੱਭਰੂ ਨੌਜਵਾਨ ਦੀ ਐਂਟਰੀ ਕਹਿੰਦੇ ਮੇਰੇ ਵੀ, ਅਤੇ ਬਾਕੀ ਬਾਰਿਸ਼ ਹੋ ਰਹੀ ਹੈ, ਅਤੇ ਉਹ ਵਾਸ਼ਰੂਮ 'ਚ ਲਾਈਟ ਬਲ ਰਹੀ ਹੈ, ਅਤੇ ਬਾਕੀ ਚੰਨੋ ਗਈ ਆ ਬਾਹਰ, ਬਾਰਿਸ਼ ਬਹੁਤ ਹੋ ਰਹੀ ਹੈ, ਬਹੁਤ ਗਰਮੀ ਹੋ ਗਈ ਸੀ ਹੈ ਨਾ, ਕਿੰਨੇ ਦਿਨ ਹੋ ਗਏ, ਬਾਰਿਸ਼ ਦੀਆਂ ਦੁਆਵਾਂ ਮੰਗਦਾ ਸੀ ਮੈਂ ਤਵੀ ਦਾ, ਬਾਰਿਸ਼ ਹੋ ਜੇ ਬਾਰਿਸ਼ ਹੋ ਜੇ। ਪਹਿਲਾਂ ਤੁਸੀਂ ਦੇਖਿਆ ਨਾ ਗੁੱਡੀ ਫੁੱਕੇ ਕਰਦੇ ਸੀ, ਅਸੀਂ ਬਹੁਤ ਫੁੱਕੀ ਆ ਗੁੱਡੀ, ਅਸੀਂ ਬੱਚੇ ਬੱਚੇ ਹੁੰਦੇ ਸੀ ਸਾਰੇ ਜਣਿਆਂ ਨੇ ਇਕੱਠੇ ਹੋ ਜਾਣਾ ਅਤੇ ਗੁੱਡੀ ਬਣਾਉਣ ਲਈ, ਜਿਵੇਂ ਕੱਪੜੇ ਹੁੰਦੇ ਸੀ ਨਾ ਕੱਪੜਿਆਂ ਦੀ ਗੁੱਡੀ ਬਣਾ ਕੇ ਅਸੀਂ ਖੇਤਾਂ ਦੇ ਵਿੱਚ ਜਾਣਾ ਉਹਨੂੰ ਫੂਕਣ, ਅਤੇ ਬਾਦਮਾਂ ਨਾ ਗੀਤ ਗਾਣੇ, ਮੈਨੂੰ ਯਾਦ ਨਹੀਂ ਹੈ ਗੀਤ ਹੁੰਦੇ ਸੀ ਗੁੱਡੀ ਜਦੋਂ ਫੂਕਦੇ ਹੁੰਦੇ ਸੀ ਉਦੋਂ ਗੀਤ ਗਾਣੇ, ਰੱਬਾ ਰੱਬਾ ਮੀਂਹ ਵਰਸਾ ਸਾਡੀ, ਐਵੇਂ ਜੇ ਸੀ ਹੈ ਨਾ, ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ, ਮਤਲਬ ਕਿ ਥੋੜ੍ਹਾ ਜਿਹਾ ਯਾਦ ਹੈ, ਬਾਕੀ ਬਾਹਰ ਬਾਰਿਸ਼ ਬਹੁਤ ਹੋ ਰਹੀ ਹੈ ਅਤੇ ਬਹੁਤ ਸੋਹਣਾ ਮੌਸਮ ਹੋਇਆ ਪਿਆ ਹੈ, ਪਰਮਾਤਮਾ ਇੱਦਾਂ ਹੀ ਹੈ ਨਾ ਖੁਸ਼ੀਆਂ ਦਿੰਦਾ ਰਹੇ ਸਾਰਿਆਂ ਨੂੰ, ਅਤੇ ਬਾਕੀ ਮਿਲਦੇ ਹਾਂ ਆਪਾਂ ਤੁਹਾਨੂੰ ਥੋੜ੍ਹੀ ਦੇਰ ਤੱਕ, ਠੀਕ ਹੈ ਜੀ, ਤੁਸੀਂ ਇੱਦਾਂ ਹੀ ਜੁੜੇ ਰਹੋ। ਹਾਂਜੀ, ਇੱਥੇ ਆ ਕੇ ਬਹਿ ਗਏ, ਮੈਂ ਅਸੀਂ ਆ ਕੇ ਪੈ ਗਏ ਹਾਂ, ਬਾਰਿਸ਼ 'ਚ ਨਹਾਉਣ ਦਾ ਮਨ ਨਹੀਂ ਕਰ ਰਿਹਾ? ਨਾ ਨਾ, ਡੈਡੀ ਨਾ ਗਿਆ, ਨਾਲੇ ਸਾਰੀ ਪਿੱਤ ਹੱਟ ਜੂਗੀ ਜਿਹੜੀ ਵੀ ਆ, ਕਹਿੰਦੇ ਹੁੰਦੇ ਆ ਨਾ ਕਿ ਜਦੋਂ ਆਪਾਂ ਦੇ ਪਿੱਤ ਹੁੰਦੀ ਆ ਬਾਰਿਸ਼ 'ਚ ਨਾਲ ਉਹ ਹਟ ਜਾਂਦੀ, ਪਰ ਇੱਕ ਹੋਰ ਚੀਜ਼ ਕਹਿੰਦੇ ਹੁੰਦੇ ਆ ਕਿ ਜੇ ਆਪਣੇ ਸਿਰ 'ਚ ਇੱਦਾਂ ਬਿਨਾਂ ਸਿਰ ਨੂੰ ਕਵਰ ਕੀਤੇ ਨਾਲ ਉਹਦਾ ਸਿਰ 'ਚ ਜੂਆਂ ਵੀ ਪੈ ਜਾਂਦੀਆਂ, ਕੀ ਵਾਲੇ ਪਾਣੀ ਨਾਲ ਡੈਡੀ ਕੀ ਕਰ ਰਹੇ ਆ? ਜਿੱਧਰ ਮਰਜ਼ੀ ਲਾ ਲੈ। ਓਹ, ਡੈਡੀ ਫੋਟੋ ਲਾ ਰਹੇ ਆ, ਵਾਹ, ਦਾਦੀ ਜੀ ਦੀ ਫੋਟੋ ਲਾ ਰਹੇ ਆ ਡੈਡੀ, ਜਿੱਥੇ ਮਰਜ਼ੀ ਲਾ ਲੈ। ਡੈਡੀ ਫੋਟੋ ਲਗਾ ਰਹੇ ਨੇ ਦਾਦੀ ਜੀ ਦੀ।
डैडी गल कर मां प्यो दालां सियाने दे ते नाले वैसे भी कई ऐसे जो भी पर्सन है इस दुनिया ते जिहड़े इन्हां चीज़ां नूं तरसदे आ जिवें कि एक टाइम हुंदा सी मैं तरसदी नहीं सी मेरे डैडी हुंदे है ना कि बाकी बच्चे ने जिद्दां रोक टोक हुंदी मैनूं भी हुंदी मम्मा बहुत करदे सी इदां दी कोई गल नहीं आ बट फिर भी एक चीज़ सी कि मेरे भी पापा हुंदे है ना उह चीज़ नूं सोच के मैं कह रही हाँ कि बहुत दुनिया दे इहो जिहे लोग आ जिहड़े इस चीज़ नूं तरसदे आ जे माँ प्यो गल भी कड़ते तो उसे भी प्यार होंगे आ गुस्सा ना करे करो माँ प्यो की गलों का ना ही गलों का कितने खो गए बस वैसे सोचता पाया मैं थोड़ा मौसम होया वा बदल बदल हो मजा आ रहा वैसे चलो जी अज के ब्लॉक च इन्ना ही मिलते हैं नैक्सट ब्लॉक च क्योंकि एक तो टाइम हो गया रोटी पानी का सैकेंड हैगा या कि घर के काम होर भी पे ने एंड चलो जी ठीक है फिर मिलते हैं नैक्सट ब्लॉक च एंड रोटी पानी करना है टाइम हो रहा काफ़ी सत्त बज गए ने बारिश भी हो रही है तो बारिश का लिए मज़ा चाह नाल पकौड़े बनाइए हाँ तुसी बनाओ मैं चाह बनानी नहीं हुन नहीं खाने कहते चलो ठीक है जी मिलते हैं नैक्सट ब्लॉग च ते सारे ख्याल रखियो अपना बाबा जी सारे चढ़ती कला च रखे बाय बाय।